ठीक है तुहाडा स्वागत है इस बैच दे विच जिहड़े अज फस्ट डे आए है शुभकामनावां नाल खुश आमदीद सिलेबस है जिहड़ा साडा पंजाबी दा असीं बिना किसी देरी तो जिहड़ी है टॉपिक की गल शुरू करते हैं ਕਿਹੜਾ ਕਿਹੜਾ ਪੋਰਸ਼ਨ ਹੈ ਜਿਹਦੇ 'ਚੋਂ ਸਾਨੂੰ ਸਵਾਲ ਪੁੱਛੇ ਜਾ ਸਕਦੇ ਆ ਮੈਂ ਕੱਲ੍ਹ ਸਿਲੇਬਸ ਲਿਖਾਇਆ ਸੀ ਕੁਝ ਬੱਚੇ ਜਿਹੜੇ ਨਵੇਂ ਉਹ ਅੱਜ ਨੋਟ ਕਰ ਲਓ ਪੰਜਾਬੀ ਦਾ ਪੋਰਸ਼ਨ ਕੀ ਹੈ ਪੰਜਾਬੀ ਦਾ ਸਿਲੇਬਸ ਕੀ ਹੈ ਪੰਜਾਬੀ ਦੇ ਕਿਹੜੇ ਕਿਹੜੇ ਪੋਰਸ਼ਨ ਸਾਨੂੰ ਜਿਹੜੇ ਸਵਾਲ ਆ ਸਾਨੂੰ ਪੁੱਛੇ ਜਾਣਗੇ ਨੰਬਰ 1 ਸ਼ੁੱਧ ਅਸ਼ੁੱਧ ਠੀਕ ਹੈ ਨੋਟ ਕਰ ਲਓ ਬੇਟਾ ਸ਼ੁੱਧ ਅਸ਼ੁੱਧ ਸਾਨੂੰ ਕੋਈ ਸ਼ਬਦ ਦਿੱਤਾ ਹੋ ਸਕਦਾ ਹੈ ਅਸੀਂ ਉਹਨੂੰ ਸ਼ੁੱਧ ਕਰਕੇ ਲਿਖਣਾ ਹੈ ਸ਼ਬਦ ਜੋੜਾਂ ਦੀਆਂ ਗਲਤੀਆਂ ਠੀਕ ਹੈ ਅੱਜ ਕੱਲ੍ਹ ਵੱਧ ਗਈਆਂ ਵੈਸੇ ਪਿਛਲੇ 5-7 ਸਾਲਾਂ ਦੇ ਵਿੱਚ ਦੇਖੀਏ ਤਾਂ ਸਾਡੇ ਜਦੋਂ ਠੀਕ ਹੈ ਪੰਜਾਬੀ ਦੇ ਵਿੱਚ ਹਾਲ ਹੈ ਉਹ ਮਾੜਾ ਹੋ ਰਿਹਾ ਦਿਨ ਬ ਦਿਨ ਠੀਕ ਹੈ ਉਹਦੇ ਪਿੱਛੇ ਕਾਰਨ 2-3 ਹੈਗੇ ਆ ਚਲੋ ਉਹਨਾਂ ਨੂੰ ਆਪਾਂ ਡਿਸਕਸ ਨਹੀਂ ਕਰਦੇ ਸ਼ੁੱਧ ਅਸ਼ੁੱਧ ਨੰਬਰ 2 ਵਿਰੋਧੀ ਸ਼ਬਦ ਵਿਰੋਧੀ ਸ਼ਬਦ ਤੇ ਸਮਾਨ ਅਰਥਕ ਸ਼ਬਦ ਬਾਅਦ ਚ ਕਰ ਲੈ ਰੱਖ ਲਓ ਕੋਲੇ ਰੱਖ ਲਓ ਵਿਰੋਧੀ ਸ਼ਬਦ ਤੇ ਸਮਾਨ ਅਰਥਕ ਸ਼ਬਦ ਵਿਰੋਧੀ ਸ਼ਬਦ ਤੇ ਸਮਾਨ ਅਰਥਕ ਸ਼ਬਦ ਠੀਕ ਹੈ ਕਿਸੇ ਕੋਈ ਸਾਨੂੰ ਸ਼ਬਦ ਦਿੱਤਾ ਹੋ ਸਕਦਾ ਇਹਦਾ ਵਿਰੋਧੀ ਸ਼ਬਦ ਕਿਹੜਾ ਹੈ ਜੀ ਉਹ ਚੁਣੋ ਜਾਂ ਇਹਦਾ ਸਮਾਨ ਅਰਥਕ ਸ਼ਬਦ ਕਿਹੜਾ ਠੀਕ ਹੈ ਉਹ ਆਪਾਂ ਇਹਦੀ ਬਲੈਕ ਬੋਰਡ 'ਤੇ ਆਪਾਂ ਕਰ ਲਾਂਗੇ ਠੀਕ ਹੈ ਕਿਹੜਾ ਤੁਸੀਂ ਸਿਲੇਬਸ ਹੈ ਜਿਹੜਾ ਨੋਟ ਕਰ ਨੰਬਰ 3 ਅਖਾਣ ਅਤੇ ਮੁਹਾਵਰੇ ਅਖੌਤਾਂ ਪੰਜਾਬੀ ਦੀਆਂ ਅਖੌਤਾਂ ਅਤੇ ਮੁਹਾਵਰੇ ਪੰਜ ਨੰਬਰ ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ ਕੋਈ ਸਾਨੂੰ ਲੈਣਾ ਦਿੱਤੀਆਂ ਹੋ ਸਕਦੀਆਂ ਸਾਨੂੰ ਪਹਿਰਾ ਦਿੱਤਾ ਹੋਊਗਾ ਅਸੀਂ ਉਹਨੂੰ ਟ੍ਰਾਂਸਲੇਟ ਕਰਨਾ ਹੋਊਗਾ ਪੰਜਾਬੀ ਦੇ ਵਿੱਚ ਅਣਡਿੱਠਾ ਪਹਿਰਾ ਇੱਕ ਸਾਨੂੰ ਪਹਿਰਾ ਆਊਗਾ ਉਹਦੇ 'ਚੋਂ ਥੱਲੇ ਉਹਦੇ ਕੋਈ 4 ਸਵਾਲ ਪੁੱਛੇ ਹੈ ਉਹ ਪਹਿੜੇ ਨੂੰ ਪੜ੍ਹ ਕੇ ਅਸੀਂ ਉਹਨਾਂ ਦੇ ਆਨਸਰ ਦੇਣੇ ਹੋਣਗੇ ਠੀਕ ਹੈ ਇਹ ਹੈ ਸਾਡਾ ਜਿਹੜਾ ਪੰਜਾਬੀ ਦਾ ਸਿਲੇਬਸ ਹੈ ਠੀਕ ਹੈ ਤਾਂ ਹੁਣ ਸਭ ਤੋਂ ਪਹਿਲਾਂ ਅਸੀਂ ਅਖਾਣ ਅਤੇ ਮੁਹਾਵਰਿਆਂ ਦਾ ਜਿਹੜਾ ਪੋਰਸ਼ਨ ਆ ਉਹ ਸ਼ੁਰੂ ਕਰਿਆ ਗਿਆ ਹੈਗਾ ਠੀਕ ਹੈ ਹਾਂ ਸੋਰੀ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਠੀਕ ਹੈ ਆਪਣੇ ਸਿਲੇਬਸ ਇਹ ਵੀ ਨੋਟ ਕਰ ਲਓ ਠੀਕ ਹੈ ਹਾਂ ਇੰਨਾ ਸਾਡਾ ਜਿਹੜਾ ਸਿਲੇਬਸ ਹੈ ਇਹਦੇ 'ਚੋਂ ਸਾਨੂੰ ਜਿਹੜੇ ਸਵਾਲ ਆ ਉਹ ਪੁੱਛੇ ਜਾਣੇ ਆ ਪੰਜਾਬੀ ਸਾਡੀ ਮਾਂ ਬੋਲੀ ਹੈ ਸਾਡਾ ਪੰਜਾਬੀ ਪਿਛੋਕੜ ਹੈ ਜ਼ਿਆਦਾ ਪ੍ਰੋਬਲਮ ਸਾਨੂੰ ਪੰਜਾਬੀ 'ਚ ਨਹੀਂ ਆਊਗੀ ਪਰ ਜਦੋਂ ਅਸੀਂ ਕੋਈ ਕੰਪੀਟੀਸ਼ਨ ਲੜਨਾ ਹੈਗਾ ਉੱਥੇ ਸਾਡਾ ਜਿਹੜਾ ਧਿਆਨ ਹੈ ਸਾਨੂੰ ਇੱਕ ਇੱਕ ਨੰਬਰ ਬੜਾ ਸਾਡੇ ਵਾਸਤੇ ਇੰਪੋਰਟੈਂਟ ਹੈਗਾ ਠੀਕ ਹੈ ਤਾਂ ਪੰਜਾਬੀ ਦੇ ਵਿੱਚੋਂ ਤੁਸੀਂ ਥੋੜ੍ਹਾ ਜਿਹਾ ਧਿਆਨ ਦੇ ਕੇ ਪੂਰੇ ਦੇ ਪੂਰੇ ਨੰਬਰ ਹਾਸਲ ਕਰ ਸਕਦੇ ਹੋ ਠੀਕ ਹੈ ਮਤਲਬ ਸੌਖੇ ਦੋ ਗੱਲਾਂ ਹੁੰਦੀਆਂ ਨੇ ਇੱਕ ਗੱਲ ਇਹ ਹੈ ਵੀ ਜਿਹੜਾ ਔਖਾ ਟੋਪਿਕ ਹੈ ਉਹਦੇ 'ਤੇ ਅਸੀਂ ਜ਼ਿਆਦਾ ਜ਼ੋਰ ਲਾਈ ਜਾਂਦੇ ਕਿ ਸਾਨੂੰ ਪਤਾ ਹੁੰਦਾ ਸਾਡੀ ਸਮਝ ਨਹੀਂ ਆ ਰਿਹਾ ਉਹ ਸਾਡੀ ਨਾ ਸਮਝ ਆਉਣ ਕਰਕੇ ਸਾਡੀ ਪਕੜ ਨਾ ਆਉਣ ਕਰਕੇ ਉਹਦੇ 'ਚੋਂ ਨੰਬਰ ਘੱਟ ਜਾਂਦੇ ਕਈ ਵਾਰੀ ਅਸੀਂ ਸੌਖੇ ਪੋਰਸ਼ਨ ਨੂੰ ਈਜ਼ੀਲੀ ਲੈ ਜਾਂਦੇ ਵੀ ਚਲੋ ਕੋਈ ਗੱਲ ਨਹੀਂ ਪੰਜਾਬੀ ਆਏ ਤਾਂ ਆਪਾਂ ਕਰ ਹੀ ਲੈਣਾ ਵਿਰੋਧੀ ਸ਼ਬਦ ਆਪਾਂ ਨੂੰ ਆਉਂਦੇ ਸਾਨੂੰ ਮੁਹਾਵਰੇ ਆਉਂਦੇ ਆਪਾਂ ਕਰ ਹੀ ਲੈਣਾ ਉਹਦੇ 'ਚੋਂ ਕਿਤੇ ਨਾ ਕਿਤੇ ਅਸੀਂ ਪਛੜ ਜਾਂਦੇ ਹਾਂ ਪਰ ਨਹੀਂ ਟਾਈਮ ਤੁਸੀਂ ਬਰਾਬਰ ਦਾ ਦੇਣਾ ਧਿਆਨ ਤੁਸੀਂ ਬਰਾਬਰ ਦਾ ਦੇਣਾ ਇੱਕ ਗੱਲ ਜਿਹੜੀ ਸਾਰਿਆਂ ਸਾਡੇ ਵਾਸਤੇ ਸੌਖੀ ਹੈ ਕਿ ਤੁਸੀਂ ਇਸ ਪੋਰਸ਼ਨ ਨੂੰ ਬੜੀ ਆਸਾਨੀ ਨਾਲ ਅਤੇ ਬੜੀ ਛੇਤੀ ਕਵਰ ਕਰ ਲਓਗੇ ਠੀਕ ਹੈ ਅਖਾਣ ਅਤੇ ਮੁਹਾਵਰੇ ਠੀਕ ਹੈ ਕੱਲ੍ਹ ਅਸੀਂ ਕੁਛ ਕੁ ਮੁਹਾਵਰੇ ਸ਼ੁਰੂ ਕਰੇ ਹੈ ਜਿਹਨਾਂ ਦੀ ਅਸੀਂ ਲਿਸਟ ਬਣਾਵਾਂਗੇ ਜਿਹੜੇ ਨਿਤ ਮੁਹਾਵਰੇ ਵਰਤੀ ਦੀ ਹੈ ਮੁਹਾਵਰਿਆਂ ਦਾ ਸਾਨੂੰ ਅਰਥ ਪੁੱਛਿਆ ਜਾ ਸਕਦਾ ਹੈ ਮੁਹਾਵਰੇ ਦੀ ਵਰਤੋਂ ਵਿਅੰਤ ਪੁੱਛੀ ਜਾ ਸਕਦੀ ਹੈ ਅਖਾਣ ਨੂੰ ਦੇ ਕੇ ਉਹਦਾ ਇਹ ਪੁੱਛਿਆ ਜਾ ਸਕਦਾ ਇਹ ਅਖਾਣ ਕਦੋਂ ਅਤੇ ਕਿੱਥੇ ਵਰਤੀ ਜਾਂਦੀ ਹੈ ਠੀਕ ਹੈ ਜਾਂ ਕੋਈ ਅਖਾਣ ਅਧੂਰੀ ਦਿੱਤੀ ਹੈ ਉਹਨੂੰ ਤੁਸੀਂ ਪੂਰਾ ਕਰੋ ਇਸ ਤਰੀਕੇ ਦੇ ਸਵਾਲ ਆ ਜਿਹੜੇ ਚੋਂ ਬਣਦੇ ਆ ਥੋੜ੍ਹਾ ਜਿਹਾ ਲੈਂਥੀ ਪੋਰਸ਼ਨ ਹੈ ਤਾਂ ਸ਼ੁਰੂ ਪਹਿਲਾਂ ਕਰਿਆ ਹੈਗਾ ਅਖਾਣ ਅਤੇ ਮੁਹਾਵਰਿਆਂ ਦੀ ਗਿਣਤੀ ਬਹੁਤ ਆ ਸਾਡੀ ਠੀਕ ਹੈ ਬਹੁਤੇ ਤੁਸੀਂ ਕਰੇ ਹੋਏ ਆ ਕਿਉਂਕਿ 6ਵੀਂ ਕਲਾਸ ਤੋਂ ਲੈ ਕੇ 10ਵੀਂ ਤੱਕ ਸਾਨੂੰ ਰਿਪੀਟ ਹੁੰਦਾ ਰਿਹਾ ਸਿਲੇਬਸ ਅਸੀਂ ਕੋਈ ਠੀਕ ਹੈ ਹਰ ਵਾਰੀ ਪੜ੍ਹਦੇ ਹਾਂ ਤੁਸੀਂ ਪੜ੍ਹੇ ਹੋਏ ਆ ਕੋਈ ਅਨਨੋਨ ਨਹੀਂ ਹੈਗਾ ਠੀਕ ਹੈ ਅਤੇ
बच्चे नवे ने ठीक है 40-50% बच्चे अज पहले दिन क्लास ला रहे हैं तो जिहड़े कल सीगे तुसीं उन्हां नूं रिपीट कर लिओ जे आपां ठीक है पोर्शन मैं रिपीट कर लग्या कल वाला ठीक है कोई गल नहीं अज है मौसम वातावरण ठीक है ते देखो जदों बंदा समाधि च हुंदा है जदों भगती च हुंदा है जदों कंपीटीशन च हुंदा है उदों ये गल्लां बड़ियां प्रभावित नहीं करदियां हुंदियां गर्मी आ गई ठंड आ गई लाइट उठ गई ठीक है हुण आपां हुण तुसीं समाधि धार लो बस तुसीं आपदे मिशन ते हो ते कल्ली अख ही दिखनी चाहीदी है तुहानूं अर्जन वांगू ठीक है मच्छी नहीं दिखनी चाहीदी तां निशाना तुहाडा एकागर होवे बेटा डिस्टर्ब ना करो मेरा शेर मुहावरे है असीं उन्हां नूं एक एक करके नोट करते हैं जिन्हां ने नहीं करे वह कर लो बेटा पहला उस्तादी करनी हाँ चलाकी करनी ठीक है नाल इहदा अर्थ लिखे चलो ठीक है बाकी वाक बनाउण दी सानूं नहीं लोड़ हैगी उस हिसाब नाल आपां असीं वरत लांगे उच्चा नीवा बोलना हाँ बेटा पिछों तिकर मेरी आवाज साफ आ रही है शाबाश कोई गल नहीं आप आवाज होर उच्ची कर लाँगे नो प्रॉब्लम ठीक है सुनोगे तो आराम नाल पर तुसी थोड़ा जा साइलेंस बना के रखो ऑन ना लाउना ऑन ना लाउना ऊठ दे गाल टली ऊठ दे गाल टली बेजोड़ होना जा तालमेल ना होना ऊठ दे गाल टली ऊठ दे गाल टली बेजोड़ जा बेमेल भी जो दोवां चीजां का कोई मेल ना होना उत्थे असीं इह मुहावरा वरतदे उसल वट्टे भनना उसल वट्टे भनना जिहड़ा साडा फेवरेट काम है उंगल करनी उंगल करनी लास्ट बेंच बेटा नो ठीक है जो कोई सवाल है बाद नोट कर लो फिर करो बाद डिस्कस करो 19-21 दा फर्क होना 19-21 दा फर्क होना बहुता फर्क ना होना अपना उल्लू सीधा करना ठीक है ऊठ दे मुंह जीरा ऊठ दे मुंह जीरा ये तुसी बहुत वरतदे हो मुहावरा ठीक है ते अजकल ज्यादातर यही चल रहा है ठीक है उल्लू बनाना ठीक है नोट कर रहे हो बेटा स्पीड दस दो जे कोई उल्लू बनाना हाँ इन्हों एक थान नोट करी चलो फिर अपने सारे मुहावरे कट्ठे हो जाएंगे जिदे सारे कंप्लीट हो गए उदे ते फिर थोनू रीडिंग लैनी सौखी होगी बस राजे आवाज नहीं नो अखां ते बिठाउणा हाँ बहुत ज्यादा आदर करना सत्कार देना बहुत ज्यादा आदर करना अखां अगे सरों फुलना घबरा जाना एक होर मुहावरा हत्थां पैरां दी पै जाना ਬਈ ਜਦੋਂ ਬੰਦਾ ਕੋਈ ਅਚਨਚੇਤ ਕੋਈ ਮੁਸੀਬਤ ਕੋਈ ਇਹੋ ਜਿਹੀ ਸਥਿਤੀ ਬਣ ਜਾਂਦੀ ਹੈ ਜਿਹਦਾ ਸਾਨੂੰ ਹੱਲ ਨਹੀਂ ਮਿਲ ਰਿਹਾ ਹੁੰਦਾ ਉਹ ਕਹਿੰਦੇ ਹੱਥਾਂ ਪੈਰਾਂ ਦੀ ਪੈ ਗਈ ਹਾਂਜੀ ਅ
ਅੱਖਾਂ ਫੇਰ ਲੈਣਾ ਹਾਂ ਅੱਖਾਂ ਫੇਰ ਲੈਣਾ ਹਾਂ ਅਸੀਂ ਪਰ ਉਹਨੂੰ ਸਰਲ ਭਾਸ਼ਾ ਚ ਦੇਣਾ ਹੁੰਦਾ ਠੀਕ ਹੈ ਅੱਖਾਂ ਫੇਰ ਲੈਣਾ ਰਿਸ਼ਤਾ ਤੋੜ ਲੈਣਾ ਠੀਕ ਹੈ ਅੱਖਾਂ ਦਿਖਾਉਣਾ ਅੱਖਾਂ ਦਿਖਾਉਣਾ ਹਾਂ ਗੁੱਸਾ ਕਰਨਾ ਅਸਮਾਨ ਨਾਲ ਗੱਲਾਂ ਕਰਨੀਆਂ ਇਹ ਸਾਡਾ ਹਾਂ ਨਵਾਂ ਸ਼ਬਦ ਹੈ ਜਿਹੜਾ ਹਵਾ ਕਰਨੀ ਜਿਹਨੂੰ ਕਹੇ ਠੀਕ ਹੈ ਮਤਲਬ ਇਹ ਬੜਾ ਪੁਰਾਣਾ ਨਹੀਂ ਹੈਗਾ ਦਸ ਕੁ ਸਾਲ ਤੋਂ ਜ਼ਿਆਦਾ ਪੁਰਾਣਾ ਨਹੀਂ ਇਹ ਸ਼ਬਦ ਅਜੋਕਾ ਹੀ ਹੈ ਜਿਹੜਾ ਹਵਾ ਕਰਨੀ ਸ਼ਬਦ ਬਣਿਆ ਹੈਗਾ ਠੀਕ ਹੈ ਕਿਉਂਕਿ ਦੇਖੋ ਭਾਸ਼ਾ ਦਾ ਮਾਜਨਾ ਬੜਾ ਹੁੰਦਾ ਭਾਸ਼ਾ ਦੇ ਬਹੁਤੇ ਸ਼ਬਦ ਆ ਜਿਹੜੇ ਉਹਨੇ ਕ੍ਰੀਏਟ ਵੀ ਕਰ ਲੈਣੇ ਹੁੰਦੇ ਆ ਭਾਸ਼ਾ ਦੇ ਵਿੱਚੋਂ ਸ਼ਬਦ ਘੱਸ ਵੀ ਜਾਂਦੇ ਆ ਠੀਕ ਹੈ ਕਿਹੜਾ ਸੀ ਆਪਾਂ ਬੋਲ ਅਸ ਬਹੁਤ ਉੱਚੀਆਂ ਗੱਲਾਂ ਕਰਨਾ ਠੀਕ ਹੈ ਬਿਨਾਂ ਗੱਲ ਤੋਂ ਹੀ ਕੋਈ ਵੱਡੀਆਂ ਗੱਲਾਂ ਕਰੀਏ ਨਾ ਹੁਣ ਕਹਿੰਦੇ ਅਸਮਾਨ ਨਾਲ ਗੱਲਾਂ ਅਸਮਾਨ ਨੂੰ ਟਾਕੀਆਂ ਲਾਉਣਾ ਹਾਂ ਚੁਸਤ ਜਲਾਕ ਜ਼ਿਆਦਾ ਹੋਣਾ ਠੀਕ ਹੈ ਕੋਈ ਸਾਡੇ ਹੁੰਦੇ ਆ ਪੰਜ ਸੱਤ ਸਾਡੇ ਫਰੈਂਡ ਸਰਕਲ 'ਚ ਬੰਦੇ ਇਹੋ ਜਿਹੇ ਹੈ ਨਾ ਚਲੋ ਲੀਡਰ ਉਹ ਤਾਂ ਕੰਮ ਹੀ ਹੈ ਨਾ ਹੁਣ ਉਹ ਆਪਾਂ ਮੰਚ ਤੋਂ ਮੈਂ ਇਹ ਗੱਲ ਕਹਿਣੀ ਨਹੀਂ ਚਾਹੁੰਦਾ ਠੀਕ ਹੈ ਆਪਣੇ ਮੂੰਹੋਂ ਮੀਆਂ ਮਿੱਠੂ ਬਣਨਾ ਹਾਂ ਆਪਣੀ ਸਿਫਤ ਆਪ ਹੀ ਕਰਨੀ ਵਧੀਆ ਗੱਲ ਹੈ ਵੈਸੇ ਅੱਗ ਵਿੱਚ ਛਾਲ ਮਾਰਨਾ ਅੱਗ ਵਿੱਚ ਛਾਲ ਮਾਰਨਾ ਮੁਸੀਬਤ ਮੁੱਲ ਲੈਣਾ ਅੱਗ ਵਿੱਚ ਛਾਲ ਮਾਰਨਾ ਬੇਟਾ ਗੱਲਾਂ ਨਹੀਂ ਕਰੋ ਠੀਕ ਹੈ ਸ਼ਾਂਤੀ ਬਣਾਈ ਰੱਖੋਗੇ ਓਨਾ ਹੀ ਆਪਾਂ ਵਧੀਆ ਤਰੀਕੇ ਨਾਲ ਕੰਮ ਕਰ ਲਾਂਗੇ ਅੱਤ ਚੁੱਕਣਾ ਜ਼ੁਲਮ ਕਰਨਾ ਹਾਂ ਅੱਤ ਚੁੱਕਣਾ ਆਈ ਚਲਾਈ ਕਰਨਾ ਹੁਣ ਨਵਾਂ ਹੈ ਨਹੀਂ ਲੈ ਮਤਲਬ ਲੈਣ ਦੇਣ ਉਹਦਾ ਸਹੀ ਅਨੁਵਾਦ ਨਹੀਂ ਹੈਗਾ ਲੈਣ ਦੇਣ ਕਰਨਾ ਹੋਰ ਹੈ ਆਈ ਚਲ ਸਹੀ ਹਾਂ ਗੁਜ਼ਾਰਾ ਕਰ ਮੁਸ਼ਕਿਲ ਨਾਲ ਗੁਜ਼ਾਰਾ ਕਰਨਾ ਆਈ ਚਲਾਈ ਕਰਨ ਦਾ ਮਤਲਬ ਜਦੋਂ ਸਾਡੇ ਕੋਲ ਖਰਚ ਜ਼ਿਆਦਾ ਆਮਦਨ ਘੱਟ ਹੈ ਇਹ ਬੇਟਾ ਤੁਸੀਂ ਸਾਰੇ ਨੋਟ ਕਰ ਲਿਓ ਜੇ ਕੱਲ੍ਹ ਇਹਦੋਂ ਬਾਅਦ ਨਵੇਂ ਹੈਗੇ ਆ ਜਿਹੜੇ ਕੱਲ੍ਹ ਹਾਂ ਬੇਟਾ ਬੋਲਦਾ ਰਿਪੀਟ ਕਰਦਾ ਮੈਂ ਰਾਜੇ ਆਵਾਜ਼ ਨਹੀਂ ਦੇਖੋ ਕੈਮਰਾ ਲੱਗਿਆ ਹੋਇਆ ਮੈਂ ਲੋਕੇਸ਼ਨ ਚੇਂਜ ਨਹੀਂ ਕਰ ਸਕਦਾ ਨਹੀਂ ਮੈਂ ਇੱਥੇ ਵਿੱਚ ਆ ਕੇ ਵੀ ਬੋਲਦੇ ਹਾਂ ਹੈ ਨਾ ਪਰ ਤੁਸੀਂ ਥੋੜ੍ਹਾ ਜਿਹਾ ਸਾਇਲੈਂਸ ਬਣਾਈ ਰੱਖੋ ਠੀਕ ਹੈ ਵਾਰੀ ਵਾਰੀ ਇੱਕੋ ਗੱਲ ਨੂੰ ਕਹਿਣਾ ਚੰਗਾ ਨਹੀਂ ਲੱਗਦਾ ਹੈਗਾ ਆਈ ਚਲਾਈ ਕਰਨਾ ਮੁਸ਼ਕਲ ਨਾਲ ਗੁਜ਼ਾਰਾ ਕਰਨਾ ਅੰਨੇ ਹੱਥ ਬਟੇਰਾ ਆਉਣਾ ਅੰਨੇ ਹੱਥ ਬਟੇਰਾ ਆਉਣਾ ਕਦੇ ਹੱਥ ਨਹੀਂ 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 ਅੰਨੇ ਹੱਥ ਬਟੇਰਾ ਆਉਣਾ ਇਹਦਾ ਅਰਥ ਅਚਾਨਕ ਕੋਈ ਸਫਲਤਾ ਮਿਲਣੀ ਅਚਾਨਕ ਅੰਨੇ ਹੱਥ ਬਟੇਰਾ ਆਉਣ ਦਾ ਮਤਲਬ ਹੈ ਕੋਈ ਅਚਨਚੇਤ ਹੀ ਮਿਲ ਜਾਣਾ ਕੁਛ ਕੋਈ ਮਿਹਨਤ ਨਾ ਕਰੀ ਹੋਵੇ ਕੋਈ ਤੁਹਾਨੂੰ ਪੱਕੀ ਪਕਾਈ ਕਿਤੇ ਡਿੱਗ ਪਏ ਹਾਂ
बस राजे आवाज नहीं ना भी बेटा गल्ला नहीं करनी है। देखो फिर चंगा नहीं लगना है। मैं क्लास चो जे किसी नूं कहा भी बाहर शांति बनाई रखो। जे कोई सवाल है नोट कर लो, खड़े होके पूछ लो, बाद च कर लो डिस्कस। फिर अपना काम विघन पै रहा। आटे विच लून होना, आटे विच लून होना बड़ा सौखा मावरा है, गड़बड़ नहीं। नहीं बहुत बहुत घट गिनती होना, आटे च लून बराबर बहुत घट गिनती। आटे च असी उन्ना की लू वेखो, जदों आटे नूं करारा करना हुंदा आटा ज्यादा हुंदा लून घट हुंदा ना, उत्थे तों बनिया है मुहावरा। आटे च लून होना मतलब गिनती घट होना। अकल ते पर्दा पैना जिहड़ा बहुत आरी पैंदा हाँ, कुछ समझ ना लगना, मत मारी जानी, ठीक है। अखा बेटा आवाज नहीं, नो बेटा हाँ नहीं मत मारी जानी। बेटा आवाज नहीं, नो ठीक है, थोड़ा जा आपा पंजाबी है। अकल ते पर्दा पैना, अखां पक जानियां, हां इंतजार जां उड़ीक करनी, अखां उड़ीक उड़ीक के अखां पक गईयां, ये मुहावरा वरते हैं पट लैनी अच्छा पक जानी पक जानी। बेटा नहीं सुनो, फिर उही गल है ना, अपनी चलाउणी नहीं एहसान थले भी नहीं। ठीक है देखो पता की है, सुनो भी जदों असी मुहावरे का जिहड़ा ब्रैकेट च अर्थ लिखना होंदा है, अर्थ हुण बहुते उहदे च मुहावरे नूं मुहावरे च ही असी अर्थ दे रहे हां, रो पाउणा ठीक है, दबा पाउणा नहीं। हुण जिहड़ी इह आपणा सीगा आपणी लत्त उपर रखणी, आपणे आप नूं सही साबित करना, मतलब जदों कोई भी बंदा किते बहस होई है ठीक है, कोई बंदे दी आदत हुंदी है उहने आपदे आप नूं गलत साबित करना ही नहीं, नहीं यार आह गल तां ही है, उत्थे वरतिया जांदा। अख दे फोर विच, अख दे फोर विच, अख दी झपक, मैं तुहानू सौखा कर देना, अख दी पलकां दी झपक विच जां अख दी झपक विच भी कह सकदे हां, वैसे जिहड़ा मुहावरा अख दे फोर विच, फफ्फे नूं होड़ा रारा मतलब बहुत जल्दी मतलब जिवें अख झपकदी है ना कोई काम है, इहनूं कहिंदे अख दा फोर, बहुत जल्दी कोई भी काम, कोई भी काम अख दे फोर च करदा ठीक है, मतलब बहुत जल्दी हो गया। अखी घट्टा पाउणा, उल्लू बनाउणा भी मुहावरा ही है,
ਧੋਖਾ ਦੇਣਾ ਚਕਮਾ ਦੇਣਾ ਹਾਂ ਅੱਖੀਂ ਘੱਟਾ ਪਾਉਣਾ ਯਕਦਮ ਜਾਂ ਇੱਕਦਮ ਜਾਂ ਬਹੁਤ ਜਲਦੀ ਅੱਖ ਦੇ ਫੋਰ ਚ ਇੱਕ ਅੱਖ ਨਾਲ ਵੇਖਣਾ ਮਹਾਰਾਜਾ ਰਣਜੀਤ ਸਿੰਘ ਸਾਰਿਆਂ ਨੂੰ ਇੱਕ ਅੱਖ ਨਾਲ ਵੇਖਦਾ ਸੀ ਨਹੀਂ ਉਹ ਅਸਲ 'ਚ ਇਹ ਮੁਹਾਵਰਾ ਉਹਨਾਂ ਦੀ ਸੋਚ ਨਾਲ ਵੀ ਜੁੜਿਆ ਹੋਇਆ ਜੇ ਉਹਨਾਂ ਦੇ ਦੋਵੇਂ ਅੱਖਾਂ ਕੰਮ ਕਰਦੀਆਂ ਹੁੰਦੀਆਂ ਤਾਂ ਤਾਂ ਵੀ ਉਹਨਾਂ ਨੇ ਇੱਕ ਅੱਖ ਨਾਲ ਹੀ ਵੇਖਣਾ ਸਾਰਿਆਂ ਨੂੰ ਈਦ ਦਾ ਚੰਨ ਹੋਣਾ ਬੜਾ ਪੁਰਾਣਾ ਮੁਹਾਵਰਾ ਈਦ ਦਾ ਚੰਨ ਹੋਣਾ ਬਹੁਤ ਦੇਰ ਬਾਅਦ ਮਿਲਣਾ ਈਦ ਦਾ ਚੰਨ ਹੋਣਾ ਬਹੁਤ ਦੇਰ ਬਾਅਦ ਮਿਲਣਾ ਮਿਲਣਾ ਦੇਖਣਾ ਇੱਟ ਨਾਲ ਇੱਟ ਖੜਕਾਉਣਾ ਪਿੱਛੋਂ ਆਵਾਜ਼ ਆ ਰਹੀ ਖੜਕਾ ਕਰਨਾ ਇੱਟ ਨਾਲ ਇੱਟ ਖੜਕਾਉਣਾ ਤਬਾਹੀ ਕਰ ਦੇਣੀ ਠੀਕ ਹੈ ਤਬਾਹੀ ਕਰਨੀ ਤਹਿਸ ਨਹਿਸ ਕਰ ਦੇਣਾ ਤਬਾਹੀ ਕਰ ਦੇਣੀ ਇੱਟ ਨਾਲ ਇੱਟ ਖੜਕਾਉਣਾ ਮਤਲਬ ਠੀਕ ਹੈ ਬੰਦਾ ਸਿੰਘ ਬਹਾਦਰ ਦਾ ਮੁਹਾਵਰਾ ਤੁਸੀਂ ਵਰਤਿਆ ਹੋਣਾ ਆਹੋ ਕੁਛ ਗੱਲਾਂ ਤਾਂ ਹੈਗੀਆਂ ਜਿਹੜੀਆਂ ਪੂਰੀਆਂ ਜਿਹੜੀਆਂ ਸਾਰਿਆਂ ਨੇ ਪੜ੍ਹੀਆਂ ਵੀ ਹੈ ਬੇਟਾ ਆਵਾਜ਼ ਨਹੀਂ ਨੋ ਨਹੀਂ ਪੁਰਾਣੀ ਨਹੀਂ ਕਈ ਵਾਰੀ ਪੁਰਾਣੀਆਂ ਦੁਸ਼ਮਣੀਆਂ ਹੁੰਦੀਆਂ ਪਰ ਉਹਦੇ ਜੱਟ ਕੁੱਤੇ ਵਾਲੀ ਨਹੀਂ ਹੁੰਦੀ ਮਤਲਬ ਠੀਕ ਹੈ ਪੁਰਾਣਾ ਸ਼ਬਦ ਨਹੀਂ ਢੁੱਕਦਾ ਹੈਗਾ ਮੈਨੂੰ ਕਹਿੰਦੇ ਪੁਰਾਣੇ ਸ਼ਬਦ ਤੋਂ ਪ੍ਰੋਬਲਮ ਬਾਕੀ ਗੱਲ ਤੇਰੀ ਠੀਕ ਹੈ ਡੂੰਘੀ ਦੁਸ਼ਮਣੀ ਹੋਣਾ ਵੀ ਜਿਹੜੀ ਕਦੇ ਵੀ ਮਿਟਦੀ ਨਹੀਂ ਹਾਂ ਕਿਉਂਕਿ ਜਦੋਂ ਇੱਟ ਕੁੱਤੇ ਦੇ ਵੱਜੂਗੀ ਉਹਨੇ ਸਿਰ ਪਾੜਨਾ ਹੀ ਹੈ ਠੀਕ ਹੈ ਇਹ ਨਹੀਂ ਹੋ ਸਕਦਾ ਵੀ ਇੱਟ ਵੱਜੀ ਹੋਵੇ ਕੁੱਤੇ ਦੇ ਰੂੰ ਜਿੰਨੇ ਲੱਗਿਆ ਹੋਵੇ ਇੱਟ ਦਾ ਜਵਾਬ ਪੱਥਰ ਨਾ ਦੇਣਾ ਹਾਂ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਈਨ ਮੰਨਣੀ ਹਾਂ ਹਾਰ ਮੰਨਣੀ ਈਨ ਮੰਨਣੀ ਹਾਰ ਮੰਨਣੀ ਇੱਕ ਮੁੱਠ ਹੋਣਾ ਈਨ ਮੰਨਣੀ ਕੋਈ ਗੱਲ ਨਹੀਂ ਰਿਪੀਟ ਕਰਦਾ ਮੈਂ ਈਨ ਮੰਨਣੀ ਹਾਰ ਮੰਨਣੀ ਇੱਕ ਮੁੱਠ ਹੋਣਾ ਇੱਕ ਮੁੱਠ ਹਾਂ ਇੱਕ ਜੁੱਟ ਹੋਣਾ ਇੱਕ ਮੁੱਠ ਹੋਣਾ ਏਕਤਾ ਕਰਨੀ ਹੁਣ ਮੁਹਾਵਰਾ ਸਾਡੇ ਵਿਦਿਆਰਥੀਆਂ ਦੇ ਪਸੰਦ ਦਾ ਇੱਕ ਕੰਨ ਚੋਂ ਸੁਣ ਕੇ ਦੂਜੇ ਕੰਨ ਵਿੱਚ ਦੀ ਬਾਹਰ ਕੱਢ ਦੇਣਾ ਇੱਕ ਕੰਨ ਚੋਂ ਸੁਣ ਕੇ ਦੂਜੇ ਕੰਨ ਵਿੱਚ ਦੀ ਬਾਹਰ ਕੱਢ ਦੇਣਾ ਉਹ ਜਿਹੜੀ ਮੇਰਾ ਡਾਇਲੋਗ ਚੁੱਪ ਕਰ ਜੋ ਉਹਦਾ ਆਹੀ ਹੈ ਮਤਲਬ ਵੀ ਅਣਸੁਣਿਆ ਜਾਂ ਬੇਅਸਰ ਹੋ ਜਾਣੀ ਗੱਲ ਹੈ ਨਾ ਇੱਕ ਕੰਨ ਚੋਂ ਸੁਣ ਕੇ ਦੂਜੇ ਕੰਨ ਬਾਹਰ ਕੱਢ ਦੇਣਾ ਅਸਰ ਨਾ ਕਰਨਾ ਇੱਕੋ ਤੱਕੜੀ ਦੇ ਚੱਟੇ ਵੱਟੇ ਹੋਣਾ ਠੀਕ ਹੈ ਹਾਂ ਵੈਸੇ ਜਿਹੜਾ ਵੱਟਿਆਂ ਦਾ ਸੰਬੰਧ ਆ ਉਹ ਤੱਕੜੀ ਨਾਲ ਆ ਥਾਲੀ ਤੇਰੀ ਗੱਲ ਨੂੰ ਮੰਨ ਲੈਂਦੇ ਹਾਂ ਹਾਂ ਕਿਉਂਕਿ ਤੱਕੜੀ ਵੱਟੇ ਤੋਂ ਵੀ ਬਣਿਆ ਮੁਹਾਵਰਾ ਇੱਕੋ ਤੱਕੜੀ ਦੇ ਚੱਟੇ ਵੱਟੇ ਹੋਣਾ ਹਾਂ ਇੱਕੋ ਵਰਗੇ ਹੋਣਾ ਵੀ ਜਦੋਂ ਕੋਈ ਆਦਤਾਂ ਮਿਲਦੀਆਂ ਹੁੰਦੀਆਂ ਵੀ ਅਸੀਂ ਕਿਸੇ ਦੀ ਗੱਲ ਕਰਦੇ ਹਾਂ ਡਿਸਕਸ ਕਰਦੇ ਹਾਂ ਕਹਿੰਦੇ ਨਹੀਂ ਯਾਰ ਉਹਦੇ 'ਚ ਕੋਈ ਫਰਕ ਨਹੀਂ ਹੈਗਾ ਇੱਕੋ ਅੱਕੜੀ ਦੇ ਤੁਸੀਂ ਇਸ਼ਾਰੇ ਸਮਝਦੇ ਹੋ ਸਾਰੇ
इको जहा होना, इको तकड़ी दे चट्टे वट्टे होना, इको जहा होना। एक दिया चार सुनाउणा, एक दिया चार सुनाउणा, नहीं मूंह तोड़वानी। कई बार मूंह तोड़वानी हुंदा पर किसी बंदे नूं आदत हुंदी है, उन्हें एक दिया चार ही सुनाउणी है। ज्यादा बोलना, ज्यादा बोलना। सिर धड़ दी बाजी लाउणा, सिर धड़ दी बाजी जेड़ा आपां नूं लाउणी चाहीदी है हुण, ठीक है। सिर धड़ दी बाजी लाउणा पूरी, ठीक है। सख्त मेहनत करनी, हाँ, जां जिन पूरी एनर्जी ला देनी किसी काम ते, पूरे हिले वसीले वरत लेने, उन्हें कहने सिर धड़ दी बाजी लाई, ठीक है। कोई कसर ना छड़ना, मतलब सिर फेरना, हाँ सिर फेरना, हाँ इनकार करना ना करनी, सिर तली ते धरना, जान दी परवाह ना करना, ठीक है। सर करना, सर करना, सर सर ससारा, सर करना, जितना सर कर लेना कोई चीज नू, मिशन नू, किसी नू, मैं मनु सर कर लेना, जित प्राप्त कर लेनी। सिर फेरना, पहला सी सिर फेरना, हुण सिर फेरना। हुण कहिंदे बहुत कहिंदे ना भी सिर फिरिया है, इहदे नाल पंगा ना लो, हाँ बहुत चंबल जाना जां दिमाग खराब हो जाना, ठीक है। सिरों पानी लंघ जाना, सिरों पानी लंघ जाना, गल बस तो बाहर हो जानी, बहुत देर हो जानी, ठीक है। कि जदों असी किसी गल चो पछड़ जाइए जां कोई गल अखीर ते आ जाए, बेबसी हो जाए, उह कहिंदे सिरों पानी। सिर मत्थे मनना, हाँ मिक्स है, उहदे च गल मनण दे विच आदर भी हुंदा। जदों सिर मत्थे मनदे आ असी किसी नूं, कि जदों असी सत्कार सहित किसी की गल मनदे आ, हर गल मननी, सिर मत्थे मनण दा मतलब हुंदा हर गल मननी। जदों असी अपने वड्डियां दी, अध्यापकां दी, मापियां दी, कोई ये होंदी है ना भी जदों असी इग्नोर नहीं करना हुंदा, कोई भी गल सानूं कह देना, असी कहिंदे जी जी हाँ जी,